ਨਾਭਾ ਨਜ਼ਦੀਕ ਗੁਰਦੁਆਰਾ ਸਿੱਧਸਰ ਅਲੋਹਰਾ ਸਾਹਿਬ ਵਿਖੇ ਸੱਚਖੰਡ ਸ੍ਰੀ ਵਾਸੀ ਸ਼੍ਰੀਮਾਨ ਬਾਬਾ ਸੁਖਦੇਵ ਸਿੰਘ ਜੀ ਦੀ 21ਵੀਂ ਸਾਲਾਨਾ ਬਰਸੀ 27 ਜੂਨ ਨੂੰ ਦਿਨ ਵੀਰਵਾਰ ਨੂੰ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵੱਲੋਂ ਬਰਸੀ ਸੰਬੰਧੀ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਬਰਸੀ ਸਮਾਗਮ ਵਿੱਚ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਦੇ ਵਿੱਚ ਹਰ ਸਾਲ ਮਨਾਈ ਜਾਂਦੀ ਹੈ ਅਤੇ ਸਾਲਾਨਾ ਬਰਸੀ ਸਮਾਗਮ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚ ਕੇ ਗੁਰੂ ਘਰ ਨਤਮਸਤਕ ਹੁੰਦੀਆਂ ਹਨ। ਬਰਸੀ ਸਮਾਗਮ 3 ਦਿਨ ਲਗਾਤਾਰ ਚੱਲਦਾ ਹੈ, ਜਿਸ ਦੌਰਾਨ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਿਨ ਰਾਤ ਦੇ ਦੀਵਾਨ ਵੀ ਸਜਾਏ ਜਾਂਦੇ ਹਨ ਅਤੇ 27 ਜੂਨ ਨੂੰ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਜਦੋਂ ਤੋਂ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੈ, ਇਹਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਸਮੇਂ ਸਮੇਂ ਅਨੁਸਾਰ ਗੁਰੂ ਅਵਤਾਰ ਰਿਸ਼ੀ ਮੁਨੀ ਸੰਤ ਭਗਤ ਸੰਸਾਰ 'ਤੇ ਅਕਾਲ ਪੁਰਖ ਪਰਮਾਤਮਾ ਭੇਜਦਾ ਰਿਹਾ। ਜਿਵੇਂ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੀ ਸੰਗਤ ਵੀ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲੰਗਰਾਂ ਦੀ ਸੇਵਾ ਉਹਨਾਂ ਦੇ ਹੁਕਮ ਵਿੱਚ ਉਹਨਾਂ ਨੇ ਕੀਤੀ। ਆਪ ਗੁਰਸਿੱਖੀ ਦੇ ਸਿਧਾਂਤਾਂ 'ਤੇ ਉਹਨਾਂ ਦੇ ਹੁਕਮ ਅਨੁਸਾਰ ਚੱਲੇ ਅਤੇ ਅੱਗੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਨਿਸ਼ਕਾਮ ਸੇਵਾ ਕਰਕੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਵੱਟ ਦਾ ਅੰਮ੍ਰਿਤ ਛਕਾਇਆ, ਪਾਠੀ ਸਿੰਘ ਬਣਾਏ, ਕੀਰਤਨੀ ਬਣਾਏ, ਮਹਾਂਪੁਰਸ਼ਾਂ ਨੇ ਅੱਗੇ ਪ੍ਰਚਾਰ ਕਰਨ ਦੀ ਹੋਰ ਬੇਅੰਤ ਸਿੰਘਾਂ ਦੀ ਡਿਊਟੀ ਲਾਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ। ਅਕਾਲ ਪੁਰਖ ਦੀ ਬਣਾਈ ਮਰਿਆਦਾ ਅਨੁਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧਾ, ਧੀਰ ਦੇ ਮਹਾਂਵਾਕ ਅਨੁਸਾਰ। ਅਕਾਲ ਪੁਰਖ ਦੀ ਬਣਾਈ ਮਰਿਆਦਾ ਅਨੁਸਾਰ ਜੋ ਸੰਸਾਰ 'ਤੇ ਆਇਆ, ਅਕਾਲ ਪੁਰਖ ਜੀ ਵੀ ਜੇ ਸਰੀਰ ਧਾਰ ਕੇ ਆਉਂਦਾ ਤਾਂ ਆਪਣੀ ਬਣਾਈ ਮਰਿਆਦਾ ਅਨੁਸਾਰ ਉਹ ਸਰੀਰ ਤਿਆਗਦਾ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ 2003 ਦੇ ਵਿੱਚ 27 ਜੂਨ ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਆਪਣਾ 5 ਪੁੱਤਰ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਉਹਨਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਹਰ ਇੱਕ ਸਾਲ ਇਹ ਸਮਾਗਮ ਬਰਸੀ ਦਾ ਰੱਖਿਆ ਜਾਂਦਾ ਹੈ ਕਿ 21ਵੀਂ ਸਾਲਾਨਾ ਬਰਸੀ ਗੁਰਦੁਆਰਾ ਸਿੱਧਸਰ ਲਾਹੌਰਾ ਵਿਖੇ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਲਾਹੌਰਾ ਸਾਹਿਬ ਅਤੇ ਸਾਰੇ ਗੁਰਮੁਖ ਪਿਆਰੇ ਸੰਗਤਾਂ ਦੇ ਸਹਿਯੋਗ ਨਾਲ ਐਤਕੀ ਮਨਾਈ ਜਾ ਰਹੀ, ਜਿਹੜੀ ਕਿ ਕਈ ਦਿਨਾਂ ਤੋਂ ਅਖੰਡ ਪਾਠਾਂ ਦੇ ਪ੍ਰਵਾਹ ਚੱਲ ਰਹੇ ਹਨ। ਅਤੇ 26 ਤਰੀਕ ਦਾ ਰਾਧਾ ਦੀਵਾਨ ਹੁੰਦਾ ਹੈ, 27 ਤਰੀਕ ਨੂੰ ਸਵੇਰੇ ਅੰਮ੍ਰਿਤ ਸੰਚਾਰ, ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਅੰਮ੍ਰਿਤ ਸੰਚਾਰ ਹੁੰਦਾ ਹੈ ਅਤੇ ਉਸ ਤੋਂ ਬਾਅਦ 10 ਵਜੇ ਤੋਂ ਲੱਗ ਕੇ 4 ਵਜੇ ਤੱਕ ਦੀਵਾਨ ਸਜਦੇ ਹਾਂ, ਜਿਹਦੇ ਅਨੇਕਾਂ ਗੁਰੂ ਘਰ ਦੇ ਕਥਾਵਾਚਕ ਕੀਰਤਨੀਏ ਢਾਡੀ ਕਵੀਸ਼ਰ ਸਿੰਘ ਅਤੇ ਮਹਾਂਪੁਰਸ਼ ਸਤਿਕਾਰਯੋਗ ਸਾਰੇ ਆ ਕੇ ਗੁਰਬਾਣੀ ਦੁਆਰਾ ਮਹਾਂਪੁਰਸ਼ਾਂ ਦੇ ਜੀਵਨ 'ਤੇ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰੂ ਨਾਲ ਗੁਰਸ਼ਬਦ ਨਾਲ ਜੋੜਦੇ ਹਨ। ਅਸੀਂ ਸੰਗਤਾਂ ਨੂੰ ਸਨਿਮਰ ਇੱਥੇ ਸੇਵਾਦਾਰ ਹੋਣ ਦੇ ਨਾਤੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਜੋੜ ਮੇਲੇ 'ਤੇ ਵੱਧ ਤੋਂ ਵੱਧ ਸੰਗਤਾਂ ਆ ਕੇ ਸ਼ਮੂਲੀਅਤ ਕਰਨ, ਸੇਵਾ ਕਰਨ, ਸਿਮਰਨ ਕਰਨ, ਖੰਡੇ ਵਾਟੇ ਦਾ ਅੰਮ੍ਰਿਤ ਛਕਣ, ਆ ਕੇ ਮਹਾਂਪੁਰਸ਼ਾਂ ਨੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਜਨਮ ਸਫਲਾ ਕਰਨ ਜੀ। ਸੋ ਸਾਰੀਆਂ ਸੰਗਤਾਂ ਦਾ, ਗੁਰੂ ਮਹਾਰਾਜ ਦਾ, ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮਹਾਂਪੁਰਸ਼ਾਂ ਨੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੇ ਆਪ ਜੀ ਨੂੰ ਭਲੀ ਭਾਂਤ ਸਾਰੀ ਗੱਲ ਸਮਝਾਈ ਹੈ।
ਇੱਥੇ ਪ੍ਰਬੰਧਕ ਕਮੇਟੀ ਦੁਆਰਾ ਔਰ ਮਹਾਂਪੁਰਸ਼ਾਂ ਦੇ ਸੰਯੋਗ ਨਾਲ ਅਤੇ ਸੰਗਤਾਂ ਦੇ ਸੰਯੋਗ ਨਾਲ ਮਹਾਂਪੁਰਸ਼ਾਂ ਦੀ 21ਵੀਂ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ, ਜਿਹਦੇ ਵਿੱਚ ਫ੍ਰੀ ਮੈਡੀਕਲ ਕੈਂਪ ਨੇ ਜਿਹੜੇ ਉਹ ਵੀ ਲਗਾਏ ਜਾਣਗੇ। ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਸੇਵਾ ਸਿਮਰਨ ਕਰਕੇ ਵੀ ਜਿਨ੍ਹਾਂ ਨੂੰ ਲੋੜ ਹੈ ਸਰੀਰ ਕਰਕੇ ਦਵਾਈਆਂ ਦੀ ਜਾਂ ਕਿਸੇ ਚੈੱਕਅਪ ਦੀ ਉਹ ਵੀ ਆ ਕੇ ਕਰਾ ਸਕਦੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਆ ਕੇ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।